ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਦਿੱਲੀ ਦੇ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਰਮਜੀਤ ਕੌਰ ਚੌਧਰੀ ਜਲੰਧਰ ਤੋਂ ਲੋਕ ਸਭਾ ਟਿਕਟ ਦੀ ਦਾਵੇਦਾਰ ਸੀ। ਪਰ ਕਾਂਗਰਸ ਨੇ ਉਹਨਾਂ ਨੂੰ ਪਾਸੇ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਹੈ ਚੰਨੀ ਵਿਧਾਨ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਤੋਂ ਹਾਰ ਗਏ ਸਨ ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕਰਨਜੀਤ ਕੋਰ ਚੌਧਰੀ ਦੇ ਪਤੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਇਸ ਤੋਂ ਬਾਅਦ ਕਾਂਗਰਸ ਨੇ ਜਿਮਨੀ ਚੌਂਚ ਕਰਮਜੀਤ ਕੌਰ ਨੂੰ ਟਿਕਟ ਵੀ ਦਿੱਤੀ ਸੀ ਪਰ ਉਹ ਆਪ ਦੇ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ ਹਾਲਾਂਕਿ ਸੁਸ਼ੀਲ ਰਿੰਕੂ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਕਰਮਜੀਤ ਕੌਰ ਚੌਧਰੀ ਦਾ ਪੁੱਤਰ ਵਿਕਰਮਜੀਤ ਸਿੰਘ ਕਾਂਗਰਸ ਦੀ ਟਿਕਟ ਤੇ ਫਲੋਰ ਤੋਂ ਵਿਧਾਇਕ ਹੈ ਹਾਲਾਂਕਿ ਉਹ ਆਪਣੀ ਮਾਂ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਏ ਉਹ ਜਲੰਧਰ ਵਿੱਚ ਟਿਕਟ ਨਾਮ ਮਿਲਨ ਅਤੇ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਵੀ ਖੁੱਲਕੇ ਵਿਰੋਧ ਕਰ ਰਹੇ ਸਨ ਹਾਲਾਂਕਿ ਉਹਨਾਂ ਨੇ ਕਾਂਗਰਸ ਨਹੀਂ ਛੱਡੀ ਉਹ ਫਿਲਹਾਲ ਕਾਂਗਰਸ ਦੇ ਵਿੱਚ ਹੀ ਰਹਿਣਗੇ ਮੈਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਮਾਨਯੋਗ ਭਾਜਪਾ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਮਾਨਯੋਗ ਜਨਸ ਕਤਰ ਸ਼੍ਰੀ ਵਿਨੋਦ ਤਾਵੜੀ ਜੀ ਮਾਨਯੋਗ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਜੀ ਮਾਨਯੋਗ ਸੰਜੇ ਮਾਉ ਜੀ ਮਾਨਯੋਗ ਭਾਜਪਾ ਰਾਸ਼ਟਰੀ ਬੁਲਾਰੇ ਜੈਵੀਰ ਗਿੱਲ ਜੀ ਮਾਨਯੋਗ ਸੂਬਾ ਪ੍ਰਧਾਨ ਸੁਭਾਸ਼ ਸ਼ਰਮਾ ਜੀ ਅਤੇ ਸੁਸ਼ੀਲ ਰਿੰਕੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਪਰਿਵਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਲਗਭਗ ਇੱਕ ਸਦੀ ਤੱਕ ਨਿਸਵਾਰਤ ਸੇਵਾ ਵਿੱਚ ਵਿਸ਼ਵਾਸ ਜਤਾਇਆ ਹੈ ਮੇਰੇ ਪਰਿਵਾਰ ਨੇ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਲਈ ਦਲਿਤਾਂ ਕਿਸਾਨਾਂ ਨੌਜਵਾਨ ਮਹਿਲਾਵਾਂ ਤੇ ਕੁਚਲੇ ਹੋਏ ਸਾਥੀਆਂ ਦੇ ਅੱਗੇ ਵਧਾਉਣ ਦੇ ਲਈ ਕੰਮ ਕੀਤਾ ਮੇਰੇ ਸੋਹਰਾ ਸਾਹਿਬ ਸਵਰਗੀ ਮਾਸਟਰ ਗੁਰਬੰ타 ਸਿੰਘ ਜੀ ਪੰਜਾਬ ਦੀ ਇੱਕ ਉੱਗੀ ਰਾਜਨੀਤਿਕ ਸ਼ਖਸੀਅਤ ਸਨ ਉਹ ਇੱਕ ਮਹਾਨ ਐਜੂਕੇਸ਼ਨਿਸਟ ਅਤੇ ਇੱਕ ਮਹਾਨ ਦਲਿਤ ਨੀਤਾ ਸਨ ਉਹ ਸੂਬੇ ਦੇ ਖੇਤੀਬਾੜੀ ਮੰਤਰੀ ਰਹੇ ਅਤੇ ਪੰਜਾਬ ਵਿਧਾਨ ਸਭਾ ਵਿੱਚ 7 ਵਾਰ ਚੁਣੇ ਗਏ 14 ਵਰੇ ਉਹਨਾਂ ਨੇ ਵਕ ਵਕ ਮੰਤ్రਾਲੇ ਵੀ ਸੰਭਾਲੇ ਔਰ ਸਨ 1972 ਵਿੱਚ ਆਪਣਾ ਵਿਧਾਨ ਸਭਾ ਦਾ ਅਖੀਰਲਾ ਚੋਣ ਨਿਰविरोध ਬਿਨਾ ਮੁਕਾਬਲੇ ਚੁਣੇ ਜਾਣ ਦਾ ਸੁਭਾਗ ਵੀ ਉਹਨਾਂ ਨੇ ਹਾਸਲ ਕੀਤਾ ਮੈਨੂੰ ਆਪਣੇ ਪਰਿਵਾਰ ਬਾਰੇ ਇਹ ਦੱਸਦਿਆਂ ਬਹੁਤ ਮਾਣ ਹੁੰਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਨ 1945 ਵਿੱਚ ਅਨਵੰਡੇ ਪੰਜਾਬ ਵਿੱਚ ਸਰ ਮਲਿਕ ਖਿਜ਼ਰ ਹਿਆਤ ਟਿਵਾਣਾ ਦੀ ਸਰਕਾਰ ਵਿੱਚ ਮਾਸਟਰ ਗੁਰਪੰਤਾ ਸਿੰਘ ਜੀ ਬਤੌਰ ਮੁੱਖ ਸੰਸਦੀ ਸਕੱਤਰ ਵੀ ਰਹੇ ਮੇਰੇ ਸਵਰਗਵਾਸੀ ਪਤੀ ਸੰਤੋਖ ਸਿੰਘ ਚੌਧਰੀ ਪੰਜਾਬ ਵਿਚ ਦੋ ਵਾਰ ਕੈਬਨਿਟ ਮਿਨਿਸਟਰ ਰਹੇ 2014 ਔਰ 2019 ਵਿੱਚ ਉਹਨਾਂ ਨੇ ਜਲੰਧਰ ਦੀ ਲੋਕ ਸਭਾ ਵਿੱਚ ਜਿੱਤ ਹਾਸਲ ਕੀਤੀ ਆਖਰੀ ਸਾਲ ਤੱਕ ਆਪਣੀ ਪਾਰਟੀ ਦੀ ਸੇਵਾ ਕਰਦੇ ਹੋਏ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ मेरे सपूत पंजाब विधानसभा ਵਿੱਚ ਤੀਜੀ ਪੀੜੀ ਵਜੋਂ ਨਿਮਾਇੰਦਗੀ ਕਰ ਰਹੇ ਨੇ ਮੈਂ ਪੈਂਤੀਵਰੇ ਬਤੌਰ ਪ੍ਰੋਫੈਸਰ ਫॉर इंग्लिश ਪੰਜਾਬ ਵਿੱਚ ਆਪਣੀ ਸੇਵਾ ਦਿੱਤੀ ਔਰ ਬਤੌਰ ਡੀਪੀਆਈ ਕਾਲਜੇਜ਼ ਡਾਇਰੈਕਟਰ ਆਫ ਪਬਲਿਕ ਇਨਸਟਰਕਸ਼ਨਸ ਪੰਜਾਬ ਵਜੋਂ ਸੇਵਾ ਮੁਕਤ ਹੋਈ ਹਾਂ ਅੱਜ ਮੈਂ ਇੱਥੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਾਂਵਧੂ ਸੋਚ ਉਹਨਾਂ ਦੀ ਅਗਵਾਈ ਵਿੱਚ ਪੂਰੇ ਪਰੋਸੇ ਨਾਲ ਹਾਜ਼ਰ ਹੋਈ ਹਾਂ ਉਹਨਾਂ ਦੇ ਦੱਸੇ ਮਾਰਗ ਉਹਨਾਂ ਦੇ ਮਾਰਗਦਰਸ਼ਨ ਵਿੱਚ ਮੈਂ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਅਤੇ ਆਪਣੀ ਬੇਦਾਗ ਵਿਰਾਸਤ ਨੂੰ ਅੱਗੇ ਵਧਾਉਣ ਦਾ ਪ੍ਰਣ ਵੀ ਕਰਦੀ ਹਾਂ ਵਫਾਦਾਰੀ ਮੇਰੇ ਪਰਿਵਾਰ ਦੇ ਖੂਨ ਵਿੱਚ ਹੈ ਜਿਸ ਦੀ ਹਾਮੀ ਪੰਜਾਬ ਦੇ ਲੋਕ ਭਰਦੇ ਹਨ ਪਰ ਵਫਾਦਾਰੀ ਦਾ ਅਰਥ ਆਪਣੇ ਸਵੈਮਾਨ ਦੇ ਖਿਲਾਫ ਕੋਰ ਨਾ ਇਨਸਾਫੀ ਬਰਦਾਸ਼ਤ ਕਰਨਾ ਕਤਈ ਨਹੀਂ ਹੁੰਦਾ ਮੇਰੇ ਪਤੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਤਨਦੇਹੀ ਨਾਲ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਪਰ ਮੈਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਪਣੇ ਮਰਹੂਮ ਪਤੀ ਦੇ ਯੋਗਦਾਨ ਦੀ ਖੁੱਲ੍ਹੇਆਮ ਅਣਦੇਖੀ ਕੋਰ ਅਸੰਵੇਦਨਸ਼ੀਲਤਾ ਤੇ ਨਾਦਰ ਹੁੰਦੇ ਵੇਖਿਆ ਮੈਂ ਅੱਜ ਬੜੇ ਭਰੇ ਮਨ ਨਾਲ ਆਖਣਾ ਚਾਹੁੰਨੀ ਆ ਕਿ ਕਾਂਗਰਸ ਲੀਡਰਸ਼ਿਪ ਲਈ ਇੱਕ ਡੂੰਗੀ ਆਤਮ ਪਰਚੋਲ ਕਰਨ ਦਾ ਸਮਾਂ ਹੈ ਕਿਉਂ ਪਾਰਟੀ ਦੇ ਜ਼ਹਕਿਆਂ ਪੁਰਾਣੇ ਵਫਾਦਾਇ ਪਰਿਵਾਰ ਉਹਨਾਂ ਦੀ ਇਸ ਸਮੇਂ ਦੀ ਕਾਰਜ ਸ਼ੈਲੀ ਤੋਂ ਰੁਸ਼ਟ ਹਨ ਸ਼ੁਭ ਹਨ ਨਿਰਾਸ਼ ਹਨ ਅਤੇ ਉਹ ਪਾਰਟੀ ਛੱਡਣ ਦੇ ਲਈ ਮਜਬੂਰ ਹੋਏ ਹਨ